ਹਾਂਜੀ ਜੀਮੀ ਜਮਾਦ ਦੇ ਪਿਆਰੇ ਵਿਦਿਆਰਥੀਓ ਤੁਹਾਡੇ ਪਹਿਲੇ ਟਰਮ ਦੇ ਪੇਪਰ ਬਹੁਤ ਜਲਦ ਹੋਣ ਜਾ ਰਹੇ ਨੇ ਤੇ ਹੁਣ ਉਹਨੇ ਆਪ ਨੂੰ ਇਹ ਵੀ ਪਤਾ ਚੱਲ ਰਿਹਾ ਹੈ ਕਿ ਜਿਹੜੇ ਤੁਹਾਡੇ ਪਹਿਲਾ ਸੈਂਪਲ ਪੇਪਰ ਆਪਾਂ ਪੋਸਟ ਕੀਤਾ ਸੀ ਲਗਭਗ ਹੋ ਗਿਆ ਹਫਤਾ 10 ਦਿਨ ਹੋ ਗਏ ਤੇ ਜਿਹੜੇ ਆ ਪ੍ਰੈਕਟਿਸ ਕੁਐਸਚਨ ਭੇਜੇ ਨੇ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਟੀਚਰ ਨੇ ਪੇਪਰ ਪਾਉਣਾ ਹੈ ਤਾਂ ਲਗਭਗ ਸੈਂਪਲ ਪੇਪਰ ਦੇ ਵਿੱਚ 40 ਪ੍ਰਸ਼ਨ ਸੀ ਤੇ ਪ੍ਰੈਕਟਿਸ ਪੇਪਰ ਦੇ ਵਿੱਚ 45 ਕੁਐਸਚਨ ਨੇ ਜੇ ਤੁਸੀਂ ਇੰਨੇ ਕੁਐਸਚਨ ਤਿਆਰ ਕਰ ਲਓਗੇ ਤਾਂ ਤੁਹਾਡੇ 85 ਕੁਐਸਚਨ ਤਿਆਰ ਹੋ ਜਾਣਗੇ 85 ਤੇ ਮੰਨ ਕੇ ਚੱਲੋ ਵੀ ਤੁਹਾਡੇ ਨੰਬਰ ਬਹੁਤ ਹੀ ਜ਼ਿਆਦਾ ਵਧੀਆ ਆ ਸਕਦੇ ਨੇ ਪਾਰਟ 1 ਆਪਾਂ ਪਹਿਲਾਂ ਅਪਲੋਡ ਕਰਤਾ ਸੀ ਪਾਰਟ 1 ਜਿਹਦੇ ਵਿੱਚ ਆਪਾਂ ਪਹਿਲੇ 1 ਤੋਂ ਲੈ ਕੇ 25 ਤੱਕ ਪ੍ਰਸ਼ਨ ਪਾਤੇ ਸੀ य वाला हैगा पार्ट नंबर दो जिदे तो तो आप छब्बी तो लैके पताली तक ट्वेंटी सिक्स टू फोर्टी फाइव क्वेश्चन अपलोड करा ट्वेंटी सिक्स कोशन है कि चैप्टर चु है संपूर्ण संख्या ठीक है आप मतलब संपूर्ण संख्याव होल नंबर ने इन न रिलेट करना अज ਸੰਪੂਰਨ ਸੰਖਿਆਵਾਂ ਮਾਈਨਸ 5 ਮਾਈਨਸ 3 0 ਕਾਮਾ ਡੈਸ਼ 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 ਦੀ ਲੜੀ ਦੀਆਂ ਅਗਲੀਆਂ ਤਿੰਨ ਸੰਖਿਆਵਾਂ ਦੱਸੋ ਅਸਲ ਮੇਰਾ ਕੰਮ ਥੋੜੀ ਗਲਤ ਹੈ ਮਾਈਨਸ 5 ਮਾਈਨਸ 3 0 ਦੀ ਕੋਈ ਲੜੀ ਨਹੀਂ ਬਣਦੀ ਅੰਗਰੇਜ਼ੀ ਦੇ ਵਿੱਚ ਢੀ ਰਕਮ ਹੈ ਉਹ ਸਹੀ ਹੈ ਵਟ ਆਰ ਦਾ ਨੈਕਸਟ 3 ਨੰਬਰ ਇਨ ਦਾ ਫਾਲੋਇੰਗ ਸੀਰੀ ਕਿਹੜੀ ਸੀਰੀ ਜੇ ਮਾਈਨਸ 10 ਮਾਈਨਸ 8 ਮਾਈਨਸ 6 ਇਹਨੂੰ ਦੇਖਣ ਸਾਰ ਹੀ ਪਤਾ ਲੱਗ ਰਿਹਾ ਹੈ ਵੀ ਨੈਕਸਟ ਨੰਬਰ ਕੀ ਹੋਊਗਾ ਦੇਖੋ 10 2 ਜੁੜ ਕੇ ਫਿਰ 2 ਹੋਰ ਵੱਧਦੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਨੈਕਸਟ ਨੰਬਰ ਕੀ ਹੋਊਗਾ ਮਾਈਨਸ 4 ਮਾਈਨਸ 2 ਫਿਰ 0 2 2 ਨੰਬਰ ਜੁੜ ਰਹੇ ਨੇ ਕਿਉਂਕਿ ਨੈਗੇਟਿਵ ਸ ਕਨਫਿਊਜ਼ਨ ਹੁੰਦੀ ਹੈ ਵੀ ਇਹ ਦੋ ਨੰਬਰ ਘਟ ਰਿਹਾ ਵੈਸੇ ਘਟ ਰਿਹਾ ਪਰ ਪੂਰੇ ਨੈਗੇਟਿਵ ਲੱਗਿਆ ਇਸ ਕਰਕੇ ਦੋ ਦੋ ਨੰਬਰ ਕੀ ਹੋ ਰਿਹਾ ਹੈ ਵੱਧ ਰਹੇ ਚਲੋ ਜਿਵੇਂ ਮਰਜੀ ਮੰਨੋ ਆਪਣੇ ਨੰਬਰ ਕੀ ਆ ਰਹੇ -4 -2 0 ਤਾਂ ਆਪਸ਼ਨ ਬੀ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਦਿੱਤੀ ਸੰਖਿਆ ਰੇਖਾ ਤੇ ਹੇਠ ਲਿਖਿਆ ਵਿੱਚੋਂ ਕਿਸ ਨੂੰ ਦਰਸਾਇਆ ਗਿਆ ਹੈ ਆਸੀ ਸੰਖਿਆ ਰੇਖਾ ਸਤਵਾਂ ਵਾਲਾ ਆਪਾਂ ਕਿੱਥੇ ਸੀ 0 ਤੇ ਕਿੱਥੇ ਪਹੁੰਚੇ 4 ਤੇ ਤਾਂ 4 ਤੋਂ ਬਾਅਦ ਆਪਾਂ ਕਿੱਥੇ ਪਹੁੰਚ ਰਹੇ ਹਾਂ 11 ਤੇ ਕਿੰਨੇ ਸਟੈਪ ਹੋਰ ਬਦੇ ਪਲੱਸ 7 ਤਾਂ ਆਪਾਂ ਨੂੰ ਕੀ ਆਖਾਂਗੇ 4 ਜੋੜ 7 ਤਾਂ ਹੀ ਪਹੁੰਚ ਕਿੱਥੇ ਪਹੁੰਚੇ 11 ਤੇ ਤਾਂ 4 7 11 ਆਪਣਾ ਕੀ ਆ ਗਿਆ ਅਨਸਰ ਆ ਗਿਆ 4 7 ਵਿਚ 1 ਆਫ ਦਾ ਵਿਚ 1 ਇਜ਼ ਦਾ ਨੈਕਸਟ ਟਰਮ ਆਫ 기ਵਨ ਪੈਟਰਨ ਹੇਠ ਲਿਖੇ ਪੈਟਰਨ ਵਿੱਚ ਅਗਲਾ ਪੱਗ ਕਿਹੜਾ ਹੋਵੇਗਾ ਦੇਖੋ ਪੈਟਰਨ ਬੜਾ ਸੌਖਾ ਹੈ 3 3 3 2 3 1 3 0 ਤਿੰਨ ਜੋ ਤਿੰਨ ਕੱਢੇ ਤਿੰਨ ਜੋ ਦੋ ਸਾਰਿਆਂ ਦੇ ਅੱਗੇ ਕਿੰਨਾ ਆ ਰਿਹਾ 3 3 ਆ ਰਿਹਾ ਤਾਂ ਨੈਕਸਟ ਦੇ ਅੱਗੇ ਵੀ 3 ਆਊਗਾ ਵਿੱਚੋਂ ਘਟਾਉਣਾ ਕੀ ਹੈ ਪਹਿਲਾਂ 3 ਘਟਾਇਆ ਫਿਰ 2 ਫਿਰ 1 ਫਿਰ 0 ਹੁਣ ਕਿੰਨਾ ਘਟਾਵਾਂਗੇ ਕਿੰਨਾ ਘਟਾਵਾਂਗੇ ਮਾਈਨਸ 1 ਕਿੰਨਾ ਘਟਾਵਾਂਗੇ ਮਾਈਨਸ ਮਾਈਨਸ 1 ਸੋ ਯਾਦ ਰੱਖਣਾ ਮਾਈਨਸ ਮਾਈਨਸ 1 ਪਹਿਲਾ ਆਨਸਰ ਕਿੰਨਾ ਆਇਆ ਸੀ 0 ਫਿਰ 1 ਫਿਰ 2 ਫਿਰ 3 ਫਿਰ ਕਿੰਨਾ ਆਊਗਾ 4 ਸੋ ਆ ਆਪਣਾ ਕੀ ਆ ਗਿਆ ਆਨਸਰ ਆ ਗਿਆ ਲਾਸਟ ਵਾਲਾ 3 ਮਾਈਨਸ 1 -1 4 देखो 4 ਜਿਹੜਾ ਆ ਰਿਹਾ ਸੀ ਇਹਦੇ ਵਿੱਚ ਤੇਰੇ ਵਿੱਚ ਹੀ ਆ ਰਿਹਾ ਠੀਕ ਹੈ ਪਰੰਤੂ ਇੱਥੇ 4 ਕੀ ਸੀ 0 ਸੀਗੀ ਇੱਥੇ ਆਉਣਾ ਕੀ ਸੀ 3 -1 ਸੋ ਧਿਆਨ ਰੱਖਣਾ ਧਿਆਨ ਨਾਲ ਆਨਸਰ ਦੇਣਾ ਦਾ ਲਾਰਜੈਸਟ 네ਗੇਟਿਵ ਇੰਟੀਜਰ ਐਡ ਸਮਾਲੈਸਟ ਪੋਜ਼ਿਟਿਵ ਇੰਟੀਜਰ ਬੈਨ ਐਡਡ ਬਿਕਮਸ ਸਭ ਤੋਂ ਛੋਟੀ ઋਨਾਤਮਕ ਸੰਪੂਰਨ ਸੰਖਿਆ ਕਿਹੜੀ ਹੁੰਦੀ ਹੈ ਮਾਈਨਸ 1 ਅਤੇ ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਕਿਹੜੀ ਹੁੰਦੀ ਹੈ ਸਭ ਤੋਂ ਛੋਟੀ ਧਨਾਤਮਕ ਜੋ 1 ਜੋ ਇਹਨਾਂ ਦਾ ਜੋੜ ਕੀਤਾ ਜਾਂਦਾ ਹੈ ਸੰਪੂਰਨ ਸੰਖਿਆ ਮਨਾਂ ਮਤਲਬ ਕੀ ਲੈ ਰਹੇ ਆ ਅੰਟੀਜਰ ਹੋਲ ਨੰਬਰ ਦਾ ਮਤਲਬ ਕੀ ਹੁੰਦਾ ਹੈ 0 ਤੋਂ ਲੈ ਕੇ 0 1 2 3 ਇਹਨਾਂ ਨੂੰ ਬੋਲਦੇ ਨੇ ਹੋਲ ਨੰਬਰ ਜਦੋਂ ਵਿੱਚ ਨੈਗੇਟਿਵ ਵਾਲੇ ਵੀ ਸ਼ਾਮਿਲ ਹੋ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਅੰਟੀਜਰ ਤਾਂ -1 ਜੋੜ 1 ਕਿੰਨਾ ਹੁੰਦਾ 0 ਕਲੀਅਰ ਹੋ ਗਿਆ ਤਾਂ ਆਪਾਂ ਅਨਸਰ ਕਿਹਾ ਗਿਆ অপਸ਼ਨ ਸੀ 0 ਦੈ ਨੰਬਰ ਆਫ ਅੰਟੀਜਰ ਬੀਟਵੀਨ -2 ਐਂਡ 2 ਘਟਾਓ 2 ਅਤੇ 2 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹਨ ਵਿਚਕਾਰ ਪੁੱਛਿਆ ਬਿਟਵੀਨ ਪੁੱਛਿਆ ਸੋ ਤੇ ਨਾਲ ਅਨਸਰ ਦੇਣਾ -2 ਤੋਂ ਬਾਅਦ ਕੀ ਹੁੰਦਾ -1 ਫਿਰ ਕੀ ਹੁੰਦਾ 0 ਫਿਰ ਕੀ ਹੁੰਦਾ 1 ਤਾਂ ਟੋਟਲ ਕਿੰਨੀਆਂ ਬਣ ਗਈਆਂ 1 2 3 ਤਾਂ ਅਨਸਰ ਕਿੰਨਾ ਆ ਗਿਆ 3 3 ਨੈਕਸਟ ਦੇਖੋ ਵਿੱਚ ਆਫ ਦਾ ਫੋਲੋਇੰਗ ਨੰਬਰ ਇਜ਼ ਗ੍ਰੇਟਰ ਦੈਨ ਮਾਈਨਸ 1 ਹੈ ਇੱਥੇ ਲਿਖਿਆ ਵਿੱਚੋਂ ਕਿਹੜੀ ਸੰਖਿਆ ਮਾਈਨਸ 1 ਤੋਂ ਕੀ ਹੈ ਵੱਡੀ ਹੈ ਮਾਈਨਸ 1 ਤੋਂ ਕੀ ਹੈ ਵੱਡੀ ਮਾਈਨਸ 2 ਆਪਾਂ ਨੂੰ ਬਤਾ ਛੋਟਾ ਹੁੰਦਾ ਹੈ ਮਾਈਨਸ 10 ਵੀ ਛੋਟਾ ਹੁੰਦਾ ਤੇ ਮਾਈਨਸ 3 ਵੀ ਕੀ ਹੁੰਦਾ ਛੋਟਾ ਤਾਂ ਵੱਡੀ ਕਿਹੜੀ ਹੈ 0 ਤਾਂ ਆਨਸਰ ਲਾ ਦੇਣਾ ਸੀ 0 ਹੁਣ ਆਪਏ ਕਰੀ ਦੁਆਰਾ ਸੰਪੂਰਨ ਸੰਖਿਆਵਾਂ ਜਾਨਕੀ ਇੰਟੀਜਰ ਵਾਲੇ ਚੈਪਟਰ ਨੂੰ ਦੇਖੀਏ ਤਾਂ ਪਹਿਲੇ ਦਾ ਆਨਸਰ ਕੀ ਸੀ ਬੀ ਫਿਰ ਆਨਸਰ ਕੀ ਸੀ ਪਹਿਲਾ ਫਿਰ ਆਨਸਰ ਕੀ ਸੀ ਸੀ ਉਸ ਤੋਂ ਬਾਅਦ ਆਨਸਰ ਕੀ ਸੀ 0 ਫਿਰ ਆਨਸਰ ਕੀ ਸੀ ਸੀ ਮਦਲ 3 ਫਿਰ ਆਨਸਰ ਕੀ ਸੀ ਸੀ 0 ਪਿੰਨ ਫ੍ਰੈਕਸ਼ਨ ਚ ਕਿਹੜਾ 1/5 ਘਟਾਓ 1/6 ਨੂੰ ਹੱਲ ਕਰਨ ਦਾ ਸਹੀ ਤਰੀਕਾ ਹੈ கரੈਕਟ ਮੈਥਡ ਤਾਂ கரੈਕਟ ਮੈਥਡ ਕਿਹੜਾ ਹੁੰਦਾ ਆਪਾਂ ਕਿਹੜਾ ਮੈਥਡ ਵਰਤਦੇ ਨਾ ਕਦੇ ਸੁਣਿਆ ਤਿਤਲੀ ਵਿਧੀ ਅੰਗਰੇਜ਼ੀ ਜਿਹਨੂੰ ਬੋਲਦੇ ਕ੍ਰੋਸ ਮਲਟੀਪਲੀਕੇਸ਼ਨ ਤਰਸ਼ੀ ਗੁਣਾ ਤਰਸ਼ੀ ਗੁਣਾਜ ਕੀ ਹੁੰਦਾ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆਂ ਨੀਚਲੇ ਦੋਵੇਂ ਰਕਮਾਂ ਦੀ ਗੁਣਾ ਕਰਦੇ ਨੇ 5 6 ਫਿਰ ਆਪਾਂ ਕਿਹਦੀ ਗੁਣਾ ਕਰਦੇ ਆਂ ਐਸ ਲੋਟ ਜਿੱਥੇ ਮੈਂ ਸਰਕਲ ਮਾਰਿਆ 1 6 1 6 ਕੀ ਹੁੰਦਾ 6 ਫਿਰ ਜਿਹੜੀ ਨਿਸ਼ਾਨੀ ਵਿਚਾਲੇ ਹੁੰਦੀ ਆ ਕਦੇ ਨਿਸ਼ਾਨੀ ਵਿਚਾਲੇ ਘਟਾਓ ਦੀ ਫਿਰ ਆਪਾਂ ਗੁਣਾ ਕਰਦੇ ਆਂ ਤਰਸ਼ੀ ਟੇਢੀ 5 1 ਕਿੰਨਾ ਆ ਗਿਆ 6 5 5 6 ਤਾਂ ਸਾਫ਼-ਸਾਫ਼ ਆਪਾਂ ਨੂੰ ਦਿਖ ਰਹੀ ਆਪਸ਼ਨ ਸੀ ਇਹੀ ਲਿਖਿਆ ਹੋਇਆ 6 5 5 6 ਤਾਂ ਨੈਕਸਟ ਦੇਖੋ ਆਪਾਂ 2 ਤੋਂ 19 ਤੱਕ ਅਪਾਦ ਸੰਖਿਆਵਾਂ માં ਦੀ 2 ਤੋਂ 19 ਤੱਕ ਕੁੱਲ ਸੰਖਿਆਵਾਂ માં ਨਾਲ ਪੈਨ ਕੀ ਹੋਵੇਗੀ ਵਾਟ ਵਿਲ ਬੀ ਫੈਕਸ਼ਨ ਆਫ ਪ੍ਰਾਈਮ ਨੰਬਰ ਫਰੋਮ 2 ਟੂ 19 ਪਹਿਲਾਂ ਆਪਾਂ ਪ੍ਰਾਈਮ ਨੰਬਰ ਜਾਨੀ ਕਿ ਅਪਹਾਸ ਸੰਖਿਆ ਮੈਂ ਦੇਖੀਏ 2 ਤੋਂ ਲੈ ਕੇ 19 ਤੱਕ ਕਿਹੜੀਆਂ ਨੇ 2 3 5 7 11 13 15 15 ਨਹੀਂ ਹੁੰਦੀ ਧਿਆਨ ਰੱਖਣਾ 15 ਦਾ 5 ਦੇ ਵੰਡੀ ਨੇ ਸਤਾਰਾ 19 ਸਭ ਬੜੇ ਧਿਆਨ ਨਾਲ ਲਿਖਣਾ ਕਿੰਨੀਆਂ ਬਣ ਗਈਆਂ ਇੱਕ 2 3 4 5 6 7 1 8 ਤਾਂ ਟੋਟਲ ਸੰਖਿਆਵਾਂ ਕਿੰਨੀਆਂ ਬਣ ਗਿਆ ਪ੍ਰਾਈਮ ਨੰਬਰ 8 ਕਿੰਨੇ ਨੇ ਪ੍ਰਾਈਮ ਨੰਬਰ 8 ਹੁਣ 2 ਤੋਂ ਲੈ ਕੇ 19 ਤੱਕ ਟੋਟਲ ਨੰਬਰ ਕਿੰਨੇ ਨੇ 2 ਤੋਂ ਲੈ ਕੇ 19 ਤੱਕ 2 2 19 ਜੇ ਬਾਂੰਤੋ ਸ਼ੁਰੂ ਕਰਦੇ ਫਿਰ ਕਿੰਨੇ ਹੁੰਦੇ 19 ਹੁਣ 2 ਤੋਂ ਸ਼ੁਰੂ ਕੀਤੇ ਨੇ ਮਤਲਬ 1 ਘਟਾ ਤਾਂ ਕਿੰਨੇ ਰਹਿ ਗਏ 18 ਤੇਰਾ ਮਤਲ ਜਿਹੜੀ ਭਿੰਨ ਬਣ ਗਈ ਸੰਖਿਆ ਬਣ ਗਈ ਫ੍ਰੈਕਸ਼ਨ ਬਣ ਗਈ ਕੀ ਬਣ ਗਈ ਪ੍ਰਾਈਮ ਨੰਬਰ ਕਿੰਨੇ ਸੀ 8 बटे ਸੰਖਿਆਵਾਂ ਕਿੰਨੀਆਂ ਨੇ 80 ਤੇ ਆਪਸ਼ਨ ਲਾ ਦੇਣੀ ਹੈ ਬੀ 8/18 ਦਿੱਤੇ ਚਿੱਤਰ ਵਿੱਚ ਜਿਹੜੀ ਇਹ ਬਾਕਸ ਹੈ ਇਹਦਾ ਮੁੱਲ ਕਿੰਨੇ ਸੰਖਿਆ ਕਿਹੜੀ ਦਿੱਤਿੰਨੇ बटे 5 ਬਰਾਬਰ ਹੈ ਇੱਧਰ ਕਿ ਲਿਖਿਆ 21/ ਬਾਕਸ 3/5 ਕੀ ਬਣਾਉਣਾ ਮੈਨੇ 21 21 ਤਾਂ ਕਿੰਨੇ ਨਾਲ ਗੁਣਾ ਕਰਾਂ ਉੱਪਰ 7 ਨਾਲ 7 3 21 ਬਣੂ ਤਾਂ نیچے ਵੀ ਦੇ 7 ਨਾਲ ਗੁਣਾ ਕਰਨੀ ਪਊ ਨਾ ਤਾਂ نیچے ਦੇ ਕੋ 7 5 ਕਿੰਨੇ ਹੁੰਦੇ ਨੇ 35 ਤਾਂ ਬਾਕਸ ਦੇ ਵਿੱਚ ਜਿਹੜੀ ਵੈਲਿਊ ਆਉਣੀ ਹੈ ਕਿੰਨੀ ਆਉਣੀ ਹੈ 35 ਤੁਹਾਡਾ ਆਨਸਰ ਕਿੰਨਾ ਆਗਾ 35 जितने थर्टी फाइव नजर आ रहे हैं, टिक लगा दो। ऑप्शन बी मदर मेड ए राउंड केक शी डिवाइडेड इट इन टू फाइव इक्वल पार्ट्स सीमा एट ए पीस ऑफ इट एंड हर सिस्टर एट टू पीसिस हाउ मच केक इज लेफ्ट? माँ ने गोल गोलकार केक बनाया लो जी ਆਪਾਂ ਕੇਕ ਬਣਾਉਨੇ ਆ। ਠੀਕ ਹੈ। ਕੇਕ ਨੂੰ ਕਿੰਨੇ ਹਿੱਸੇਜ ਵੰਡਤਾ ਉਹਨੇ? 5 ਇਸ 21 ਦੋ ਹਿੱਸੇ, ਤਿੰਨੇ ਹਿੱਸੇ, ਚਾਰ ਤੱਕ ਭਾਰ। ਬਰਾਬਰ 5 ਹਿੱਸਿਆਂ 'ਚ ਵੰਡਤਾ। ਸੀਮਾ ਨੇ ਇੱਕ ਟੁਕੜਾ ਖਾ ਲਿਆ। ਲਓ ਜੀ ਇੱਕ ਟੁਕੜਾ ਸੀਮਾ ਨੇ ਖਾ ਲਿਆ। ਆਹ ਹਿੱਸਾ ਸੀਮਾ ਖਾ ਗਈ। ਕੌਣ ਖਾ ਗਿਆ? ਸੀਮਾ। ਉਹਦੀ ਭੈਣ ਨੇ ਕਿੰਨੇ ਟੁਕੜੇ ਖਾ ਲੇ? ਦੋ ਟੁਕੜੇ ਖਾ ਲੇ। ਕਿ ਟੁਕੜਾ ਆਹ ਖਾ ਗਈ ਭੈਣ। ਦੂਜਾ ਟੁਕੜਾ ਖਾ ਗਿਆ। ਇਹ ਕਿਨੇ ਖਾ ਲੇ? ਭੈਣ ਨੇ, ਸਿਸਟਰ ਨੇ। ਤਾਂ ਪਿੱਛੇ ਦੱਸੋ ਕਿੰਨੇ ਟੁਕੜੇ ਬਚ ਗਏ? ਕਿੰਨੇ ਬਚ ਗਏ ਨਜ਼ਰ ਆ ਰਹੇ ਨੇ? ਦੱਸੋ ਜੀ ਕਿੰਨੇ ਬਚ ਗਏ? ਇੱਕ ਆ ਟੁਕੜਾ ਬਚ ਗਿਆ, ਦੂਜਾ ਕਿਹੜਾ ਬਚ ਗਿਆ? ਆਹ ਵਾਲਾ। ਤਾਂ ਦੋ ਟੁਕੜੇ ਬਚ ਗਏ, ਕਿੰਨਿਆਂ ਚੋਂ ਬਚ ਗਏ? ਪੰਜਾਂ ਚੋਂ। ਟੋਟਲ ਟੁਕੜੇ ਕਿੰਨੇ ਸੀ? 5। ਤਾਂ ਆਨਸਰ ਆ ਗਿਆ 2/5। ਕਿੰਨਾ ਆਨਸਰ ਲਿਖਦਾ? 2/ 5 ਤਾਂ ਟਿਕਲਾ ਦਾ অপਸ਼ਨ ਸੀ 2/5 ਨਹੀਂ ਨਜ਼ਰ ਆ ਰਿਹਾ ਤਾਂ ਜ਼ੂਮ ਕਰਕੇ ਦੇਖ ਸਕਦਾ ਦਿੱਤੇ ਭਿੰਨਾਂ ਦਾ ਅਗਲਾ ਸਮਾਨ ਭਿੰਨ ਪਤਾ ਕਰੋ ਨੈਕਸਟ ਇਕੁਇਵਲੈਂਟ ਫ੍ਰੈਕਸ਼ਨ ਕਿਹੜੀਆਂ ਫ੍ਰੈਕਸ਼ਨਾਂ ਦਿੱਤੀਆਂ 1/2 2/4 3/6 4/8 ਜਿਆਦਾ ਮੱਥਾ ਮਾਰਨ ਦੀ ਲੋੜ ਨਹੀਂ ਬਿਲਕੁਲ ਸਿੰਪਲ ਉੱਪਰਲੇ ਪਾਸੇ ਕੀ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ 1 2 3 4 ਤਾਂ ਨੈਕਸਟ ਕੀ ਆਊਗਾ 5 ਬਟ نیچے ਦੇਖੋ 2 4 6 8 ਤੇ ਨੈਕਸਟ ਕਿੰਨਾ ਆਊਗਾ 10 5/10 5/10 ਆਪਸ਼ਨ ਡੀ ਤਾਂ ਚੈਪਟਰ ਆਪਾਂ ਇੱਕ ਵਾਰੀ ਦੇਖ ਲਈਏ ਦੁਬਾਰਾ ਪਹਿਲੇ ਦਾ ਆਨਸਰ ਕਿੰਨਾ ਸੀ ਸੀ ਫਿਰ ਬੀ ਫਿਰ ਬੀ ਅੱਗੇ ਦੇਖੋ ਇਹਦਾ ਕਿੰਨਾ ਸੀ 2/5 ਇਹਦਾ ਕਿੰਨਾ ਸੀ 5/10 ਹੁਣ ਚੈਪਟਰ ਚੱਲ ਪਿਆ ਅਗਲਾ ਡੈਸੀਮਲ ਚਿੱਤਰ ਅਨੁਸਾਰ ਕ ਦਾ ਮੁੱਲ ਕੀ ਹੋਵੇਗਾ ਆ ਸ਼ਕਲ ਆ ਥੋੜੀ ਜ਼ੂਮ ਕਰਤੀ ਮੈਂ ਨੇ ਪੂਰੀ ਨਜ਼ਰ ਆਉ ਕਿੰਨਾ ਲਿਖਿਆ ਓਰੇ 6 ਓਰੇ ਕਿੰਨਾ ਲਿਖਿਆ 7 ਕਿੰਨਾ ਲਿਖਿਆ 8 ਇਹ ਜਿਹੜਾ ਨਜ਼ਰ ਆ ਰਿਹਾ ਕੀ ਹੈ 1 ਕੀ ਤਾਂ 7 ਤੋਂ ਜੇ ਸ਼ੁਰੂ ਹੋ ਜਾਈਏ ਕੁਝ ਨਿਸ਼ਾਨੀਆਂ ਨੇ ਵਿਚਾਲੇ ਲੱਗੀਆਂ ਪਹਿਲੀ ਨਿਸ਼ਾਨੀ ਨੂੰ ਮੈਂ 1 ਮੰਨਦਾ ਦੂਜੀ ਨਿਸ਼ਾਨੀ ਨੂੰ ਤੁਸੀਂ 2 ਲਿਖ ਦਿਓ ਤੀਜੀ ਨੂੰ 3 ਲਿਖ ਦਿਓ ਚੌਥੀ ਨੂੰ 4 ਤੇ ਪੰਜਵੀਂ ਕੀ ਬਣ ਗਈ ਆਟੋਮੈਟਿਕਲੀ 5 ਹੁਣ ਟੋਟਲ ਨਿਸ਼ਾਨੀਆਂ ਕਿੰਨੀਆਂ ਹੋ ਗਈਆਂ 5 ਮੈਂ 5 ਨੂੰ ਅਰੇਜ ਕਰਤਾ ਤਾਂ ਨਮਸ ਪਹਿਲੀ ਦੇ ਵਟੇ ਵੀ 5 ਜ ਦੂਜੀ ਦੇ बटे ਵੀ 5 ਐ ਤੀਜੀ ਦੇ बटे ਵੀ ਕਿੰਨਾ 5 ਤੇ ਚੌਥੀ ਦੇ बटे ਵੀ ਕਿੰਨਾ 5 ਤਾਂ ਜਿੱਥੇ ਕੇ ਸੀ ਉੱਥੇ ਕਿੰਨਾ ਲਿਖਿਆ 4/ 5 ਤੇ ਸਟਾਰਟ ਕਿੱਥੋਂ ਕੀਤਾ ਸੀ ਮਨੇ 7 ਤਾਂ 7 ਪੂਰੇ ਨੇ ਅੱਗੇ ਨਿਸ਼ਾਨ ਕਿੰਨਾ 4/ 5 ਤਾਂ ਕੇ ਦੀ ਵੈਲਿਊ ਕਿੰਨੀ ਬਣਗੀ 7 ਪੂਰੇ ਅੱਗੇ ਕਿੰਨਾ 4/ 5 ਤਾਂ 7 ਤਾਂ ਪੂਰੇ ਹੈਗੇ ਹੈਗੇ 4/5 ਦੇ ਮੂਰੇ ਕੀ ਲੱਗ ਗਿਆ ਪੁਆਇੰਟ ਹੁਣ 4/5 ਦਾ ਮਤਲਬ ਕਿੰਨਾ 4 ਅੰਦਰ 5 ਬਾਹਰ ਤੇ ਵੰਡੋਂਗੇ ਤਾਂ ਪੁਆਇੰਟ ਲੱਗੂ ਨਾਲ ਕੀ ਲੱਗੀ 0 8 5 40 ਤਾਂ ਅਨਸਰ ਕਿੰਨਾ ਬਣ ਗਿਆ 7.8 7.8 ਟਿਕ ਲਾ ਸਕਦੇ ਹੋ ਦੂਜਾ ਬੜਾ ਸੌਖਾ ਤਰੀਕਾ 7 ਤੋਂ ਲੈ ਕੇ 8 ਤੱਕ ਕਿੰਨੀਆਂ ਨਿਸ਼ਾਨੀਆਂ ਨੇ 5 ਨੇ ਟੋਟਲ ਤਾਂ ਪਹਿਲੀ ਨਿਸ਼ਾਨੀ ਦਾ ਮੁੱਲ ਕਿੰਨਾ ਹੋ ਗਿਆ 7.2 ਫਿਰ 7.4 ਫਿਰ 7.6 ਕੇ ਮਤਲਬ ਕਿੰਨਾ ਬਣ ਗਿਆ 7.8 ਡਾਇਰੈਕਟ ਜਵਾਨੀ ਵੀ ਤੁਸੀਂ ਕਰ ਸਕਦੇ ਹੋ ਮੈਥਡ ਤੁਹਾਨੂੰ ਸਮਝਾਤਾ ਕੋਈ ਦਿੱਕਤ ਨਹੀਂ ਤਾਂ ਨੈਕਸਟ ਦੇਖੋ 3 ਸਹੀ 3 ਵਟੇ 5 ਦਾ ਦਸ਼ਮਲਵ ਰੂਪ ਕੀ ਹੋਵੇਗਾ ਵਟ ਵਿਲ ਬੀ ਡੈਸੀਮਲ ਰਿਪਰਜੈਂਟੇਸ਼ਨ ਆਫ 3 6 3/5 ਇਹਦਾ ਮਤਲਬ ਪਹਿਲੇ ਦੇ ਸਤਨ ਕਿਨੇ ਪੂਰੇ ਨੇ ਤਾਂ ਪਿੱਛੇ ਕਿੰਨਾ ਛੋਟਾ ਜਿਹਾ 3/5 3 ਅੰਦਰ 5 ਬਾਰ ਨਹੀਂ ਜਾਂਦਾ ਨਾ ਜਾਂਦੀ ਕੀ ਲੱਗੀ ਇੱਥੇ 0 ਉਧਰ ਬਾਹਰਲੇ ਬਸ ਕੀ ਲੱਗਿਆ ਪੁਆਇੰਟ ਤਾਂ ਕਿੰਨੇ ਦੇ ਜਾਂਦਾ 6 ਤੇ 65 3 ਤਾਂ ਆਪਣਾ ਅਨਸਰ ਕਿੰਨਾ ਆਗਾ 3 ਤਾਂ ਪੂਰੇ ਹੈਗੇ ਹੈਗੇ ਨੇ ਪੁਆਇੰਟ ਦਾ ਅਨਸਰ ਆ ਗਿਆ 3.6 3.6 ਲੱਭੋ ਕਿੱਥੇ ਹੈ ਇਹ 3.6 ਨਹੀਂ ਹੈਗਾ ਆ ਵੀ 3.6 ਨਹੀਂ ਹੈਗਾ ਆ ਵੀ 3.6 ਨਹੀਂ ਹੈਗਾ ਤਾਂ ਕਈ ਬੱਚੇ ਕਨਫਿਊਜ਼ ਹੋ ਜਾਂਦੇ ਸਰ ਤੁਸੀਂ 3.6 ਆਖਿਆ ਜਦੋਂ ਕਿ ਬੀ ਆਪਸ਼ਨ ਦੇ ਵਿੱਚ ਤਾਂ 3.60 ਲਿਖਿਆ ਪੁਆਇੰਟ ਦੇ ਮਗਰ ਜਿਵੇਂ ਲਾਸਟ ਦੇ ਵਿੱਚ ਆਪਾਂ ਜ਼ੀਰੋ ਪਾ ਸਕਦੇ ਆ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਅੱਗੇ ਇੱਕ ਸਵਾਲ ਵੀ ਹੈ 40 ਉਹ ਚ ਸਮਝਾ ਵੀ ਤੁਹਾਨੂੰ क्लियर करता पंद्रह मीटर बराबर किन्ने किलोमीटर मीटर आपका च बदलना है किलोमीटर अंग्रेजी से भी लिख दिए मीटर मीटर हटा के बटे कि पता हूं किन्ने मीटर का एक किलोमीटर बंद है मीटर मीटर हजार मीटर का किने मीटर का एक हज़ार मीटर का ਤਾ 15 बटे 1000 ਹੁਣ ਪਹਿਲੀ ਜ਼ੀਰੋ ਚੱਕਾਂਗੇ ਤਾਂ ਪੁਆਇੰਟ ਕਿੱਥੇ ਲੱਗੂਗਾ ਪੰਜ ਤੋਂ ਮੂਰੇ ਜੇ ਮੈਂ ਦੂਜੀ ਜ਼ੀਰੋ ਚੱਕੂਗਾ ਤਾਂ ਪੁਆਇੰਟ ਕਿੱਥੇ ਲੱਗੂਗਾ ਇੱਕ ਤੋਂ ਵੀ ਮੂਰੇ ਜੇ ਮੈਂ ਤੀਜੀ ਜ਼ੀਰੋ ਚੱਕੂਗਾ ਹੁਣ ਪੁਆਇੰਟ ਕਿੱਥੇ ਲਾਵਾਂ ਪੁਆਇੰਟ ਲਾਉਣ ਵਾਸਤੇ ਮੈਨੂੰ ਕੀ ਲਾਣੀ ਪਊ ਇੱਕ ਜ਼ੀਰੋ ਹੋਰ ਲਾਣੀ ਪਊ ਤਾਂ ਪੁਆਇੰਟ ਕਿੱਥੇ ਲੱਗਿਆ ਆਸੇ .01 ਤਾਂ ਸਰ ਕਿੰਨਾ ਆ ਗਿਆ 0.015 ਥੋੜਾ ਸੋਹਣਾ ਨਹੀਂ ਲੱਗ ਰਿਹਾ ਸੋਹਣਾ ਲੱਗਣ ਵਾਸਤੇ ਮੂਰੇ ਕੀ ਪਾਤੀ ਇੱਕ 0 0.015 ਕਿਉਂਕਿ ਆਦਰਵਾਇਜ਼ ਕਿਹੜੀ ਪੁਆਇੰਟ ਨਜ਼ਰੀ ਨਹੀਂ ਆਉਂਦਾ ਤਾਂ ਤੁਹਾਡੀ ਆਪਸ਼ਨ ਕਿਹੜੀ ਆ ਗਈ ਏ 0.015 ਸਿੱਧੀ ਜੀ ਗੱਲ ਹਜ਼ਾਰ ਤੇ ਵੰਡਣਾ ਸੀ ਤਾਂ 15 ਦੇ ਡੈਸੀਮਲ ਨੇ ਕਿੱਧਰ ਨੂੰ ਜਾਣਾ ਸੀ ਲੈਫਟ ਨੂੰ ਕਿੰਨਾ ਜਾਣਾ ਸੀ 3 ਪੁਆਇੰਟ ਪਹਿਲੇ ਪੁਆਇੰਟ ਜਿੱਥੇ ਆ ਗਿਆ ਦੂਜੇ ਚ ਇੱਥੇ ਆ ਗਿਆ ਤੀਜੇ ਵਸੇ ਜਗ੍ਹਾ ਨਹੀਂ ਸੀ ਤਾਂ ਮੈਨੇ ਕੀ ਪਾ ਲਿਆ ਮੂਰੇ ਜ਼ੀਰੋ ਪਾ ਲਿਆ ਹੁਣ ਲਾਤਾ ਡੈਸੀਮਲ ਸੋਨਾ ਲੱਗਣ ਵਾਸਤੇ ਕੀ ਲਾਤੀ ਜ਼ੀਰੋ ਸਿੰਪਲ ਜਿਹਾ ਕੰਮ ਹੈ ਹੈਡ ਲਈ ਕਿਹਾਂ ਵਿੱਚੋਂ ਕਿਹੜੀ ਦਸ਼ਮਲਵ ਸੰਖਿਆ ਸਭ ਤੋਂ ਛੋਟੀ ਹੈ ਇਦਾਂ ਨਹੀਂ ਪਤਾ ਲੱਗਣਾ ਇਹਨੂੰ ਇੱਕ ਵਾਰੀ ਥੋੜਾ ਤਰਤੀਬ ਚ ਲਿਖੋ 0.17 ਸਮਾਲੈਸਟ ਲੱਭਣਾ 0. 017 1.7 0.107 ਇਹਨੂੰ ਸਹੀ ਢੰਗ ਨਾਲ ਦੇਖਣ ਵਾਸਤੇ ਸਾਰਿਆਂ ਦੇ ਮਗਰ ਤਿੰਨ ਤਿੰਨ ਅੱਖਰ ਹੋਣੇ ਜ਼ਰੂਰੀ ਨੇ ਤਿੰਨ ਅੱਖਰ ਕਹਿ ਲਓ ਤਿੰਨ ਡਿਜੀਟ ਕਹਿ ਲਓ ਤਿੰਨ ਨੰਬਰ ਕਹਿ ਲਓ ਗੱਲ ਸਮਝ ਆਂਦੀ ਹੈ ਤਾਂ ਮਗਰ ਜ਼ੀਰੋ ਮੈਂ ਤੁਹਾਨੂੰ ਦੱਸਿਆ ਸੀ ਵੀ ਲਾ ਸਕਦੇ ਆ ਲਓ ਜੀ ਜ਼ੀਰੋ ਲਾ ਦਿੱਤੇ ਸਭ ਦੇ ਮਗਰ ਮੈਂ ਨੇ ਜ਼ੀਰੋਆਂ ਲਾ ਕੇ ਅੱਖਰ ਪੂਰੇ ਕਰ ਲਏ ਹੁਣ ਸਾਰੇ ਦੇਖਣ ਜੀ ਇੱਕੋ ਜਿਹਾ ਲੱਗ ਰਹੇ ਤਾਂ ਇੱਥੋਂ ਦੇਖੋ ਸਭ ਤੋਂ ਛੋਟਾ ਕਿਹੜਾ ਹੈ ਤੇ ਸਭ ਤੋਂ ਵੱਡਾ ਕਿਹੜਾ ਹੈ ਸਭ ਤੋਂ ਵੱਡਾ ਬਿਲਕੁਲ ਕਲੀਅਰ ਹੈ ਕੀ ਹੈ 1.730 ਇਹ ਕੀ ਹੈ ਸਭ ਤੋਂ ਵੱਡਾ ਗ੍ਰੇਟੈਸਟ ਤਾਂ স্মੋਲੇਸਟ ਕਿਹੜਾ ਹੋ ਗਿਆ ਜਿਹੜਾ ਮੇਰੇ ਬਲੂ ਬਾਕਸ ਚ ਹੈ ਇਹ ਕੀ ਹੋ ਗਿਆ ਸਭ ਤੋਂ ਛੋਟਾ ਜਿਹਨਾਂ ਬਾਕੀ ਕਹਿੰਦੇ ਨੇ স্মੋਲੇਸਟ 0.017 ਕੋਈ ਦਿੱਕਤ ਨਹੀਂ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਆਪਸ਼ਨ ਬੀ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਅਮਨ ਨੇ ਇੱਕ ਵਸਤੂ 40.35 ਰੁਪਏ ਦੀ ਖਰੀਦੀ ਉਸ ਨੇ ਦੁਕਾਨਦਾਰ ਨੂੰ 50 ਰੁਪਏ ਦਿੱਤੇ ਦੁਕਾਨਦਾਰ ਨੇ ਉਸ ਨੂੰ ਕਿੰਨੇ ਰੁਪਏ ਵਾਪਿਸ ਕੀਤੇ ਅਮਨ ਬੋਟ ਐਨ ਆਰਟੀਕਲ ਆਫ ਫਾਰ ਰੁਪੀ 40.35 ਹੀ ਗੇਵ 50 ਰੁਪਏ ਕਿੰਨੇ ਰੁਪਏ ਦਿੱਤੇ 50 ਤੇ ਸਮਾਨ ਕਿੰਨੇ ਦਾ ਆਇਆ 40.35 ਵਿੱਚੋਂ ਘਟਾ ਦਿਓ ਘਟਾ ਕੇ ਤੁਹਾਡਾ ਕੀ ਆਜੂ ਆਨਸਰ ਆਜਾ ਬੱਚਾ ਕਹਿੰਦਾ ਜੀ ਮੈਨੂੰ ਤਾਂ ਘਟਾਉਣਾ ਨਹੀਂ ਆਉਂਦਾ ਨਹੀਂ ਘਟਾਉਂਦਾ ਕੋਈ ਦਿੱਕਤ ਨਹੀਂ ਪੁੱਤ ਮਗਰ ਦੋ ਜ਼ੀਰੋਆਂ ਲਾ ਦੇ ਬਸ ਕਿਉਂ ਕਿਉਂਕਿ ਪੁਆਇੰਟ ਲਾ ਕੇ ਮਗਰ ਜ਼ੀਰੋਆਂ ਆਪਾ ਆ ਸਕਦੇ ਹੁਣ ਇੱਥੇ ਬੋਰੋ ਕਰ ਲਓ ਜਿਵੇਂ ਤੁਸੀਂ ਹਨ ਉਧਾਰ ਲੈ ਲਿਆ ਇੱਥੇ ਕਿੰਨੇ ਬਣ ਗਏ ਦਾਸ ਉਹਰੇ ਕਿੰਨੇ ਰਹਿ ਗਏ 9 ਇੱਥੇ ਕਿੰਨੇ ਰਹਿ ਗਏ 9 ਇੱਥੇ ਕਿੰਨੇ ਰਹਿ ਗਏ 4 ਦਸਾਂ ਚੋਂ 5 ਕੱਢੇ 5 9 ਚੋਂ 3 ਘਟਾਏ 6 9 ਚੋਂ 0 ਕੱਢੀ 9 4 ਚੋਂ 4 ਕੱਢੇ 0 9.65 ਰੁਪਏ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਤਾਂ ਟਿੱਕ ਲਾ ਦੋ অপਸ਼ਨ A ਤੇ ਇਕ ਵਾਰੀ ਆਪ ਰਿਪੀਟ ਕਰ ਲਈਏ ਤਾਂ ਪਹਿਲੇ ਦਾ ਆਨਸਰ ਕੀ ਸੀ 7.8 3.60 0.015 40 ਮੇਰਾ ਕੀ ਸੀ 0.017 13 ਕਿੰਨਾ ਸੀ 9.65 ਕਿਉਂ ਤੁਸੀਂ ਕੋਈ ਚੈੱਕ ਵੀ ਕਰ ਸਕਦੇ ਹੋ ਕਈ ਬੱਚੇ ਕਹਿੰਦੇ ਸੈਂ ਐਂ ਤਾਂ ਕਲੀਅਰ ਨਹੀਂ ਜੋੜ ਕੇ ਦੇਖ ਲਓ 9.65 5 5 0 10, 3 ਤੇ 6 ਇੱਕ ਅਸਲ ਪੈ ਗਿਆ ਸੀ 10 ਫਿਰ ਇੱਕ ਅਸਲ ਪੈ ਗਿਆ 1 ਤਨਾ ਹੁੰਦਾ 10 50 ਆਗੇ ਦਾ 50 ਪੂਰੇ ਠੀਕ ਹੈ ਹੁਣ ਆ ਗਿਆ ਆਪਣੇ ਕੋਲ ਸਮਮਿਤੀ ਸਿਮੈਟਰੀ ਸ਼ਬਦ ਐਕਸਪਰਟ ਵਿੱਚ ਕਿਹੜੇ ਅੱਖਰ ਦੀਆਂ ਲੇਟ ਮੀਆਂ ਤੇ ਖੜਮੀਆਂ ਦੋਵੇਂ ਸਮਮਿਤੀਆਂ ਨੇ ਇਨ ਵਰਡ ਐਕਸਪਰਟ ਵਿੱਚ ਲੈਟਰ ਹੈ ਇਟਸ ਬੋਥ ਹਰੀਜ਼ਨਟਲ ਐਂਡ ਵਰਟੀਕਲ ਸਿਮੈਟਰੀ ਲਓ ਜੀ ਆਪਾਂ ਲੇਖੀ ਦਿੰਨੇ ਆਂ ਇਹ ਜਿਹੜੀ ਇਹਦੀ ਹੈ ਸਿਮੈਟਰੀ ਕਾਲੀ ਲੈਂਨਾ ਉਹਨੋਂ ਕੱਲੀ ਲੇਟਵੀ ਹੈ ਐਕਸ ਨਾਲ ਤੇਰੀ ਖੜਮੀ ਹੈ ਨਾਲੇ ਕੀ ਹੈ ਲੇਟਵੀ ਡਾਰਕੀ ਬਣਾਤੀ ਪੀ ਸਿਮੈਟਰੀ ਵੀ ਹੈ ਨਹੀਂ ਈ ਓਨਲੀ ਲੇਟਵੀ ਹਰੀਜ਼ਨਟਲ ਆਰ ਸਿਮੇਟਰੀ ਹੈਣੀ T ਦੀ ਕਿਹੜੀ ਹੈ ਖੜਮੀ ਤਾਂ E ਦੀ ਲੇਟਮੀ ਹੈ ਤੇ T ਦੀ ਕੀ ਹੈ ਖੜਮੀ ਲੇਕਿਨ ਜਿਹੜਾ X ਹੈ ਉਹ ਦੀਆਂ ਦੋਨੇ ਤਰ੍ਹਾਂ ਨਾਲ ਹੈ ਲੇਟਮੀ ਵੀ ਹੈ ਤੇ ਖੜਮੀ ਵੀ ਹੈ ਜਿਹਨੂੰ ਆਪਾਂ ਹਾਰੀਜ਼ਨਟਲ ਤੇ ਕੀ ਬੋਲਦੇ ਹਾਂ ਵਰਟੀਕਲ ਤੋਂ ਆਨਸਰ ਲਾਉਣਾ ਆਪਸ਼ਨ A X ਹੈਡ ਦਿੱਤੇ ਚਿੱਤਰ ਦੀਆਂ ਕਿੰਨੀਆਂ ਸਮਮਿਤੀ ਰਖਾਮਾ ਨੇ ਲਓ ਜੀ ਇਹਦੀ ਸਮਮਿਤੀ ਰਿਕਾ ਪਹਿਲੀ ਕੀ ਹੈ ਐਸਲੋ ਥੋੜਾ ਜ਼ੂਮ ਕਰਦਾ ਲੋ ਜੀ ਇੱਕ ਦੋ ਜੇ ਐਸਲੋਡ ਕਰੋਗੇ ਤਾਂ ਵੀ ਇਹ ਆਊਗਾ ਤਾਂ ਕਿੰਨੀਆਂ ਬਣ ਗਈਆਂ ਇੱਕ ਦੋ ਤਿੰਨ ਤੇ ਇੱਕ ਚਾਰ ਤਾਂ ਕਿੰਨੀਆਂ ਸਾਮੀਤ ਰਖਾਵਾ ਬਣ ਗਈਆਂ ਇਹਦੀਆਂ ਚਾਰ ਆਪਸ਼ਨ ਦੇ ਇੱਕ ਲਾ ਦੇਣਾ ਏ ਤੇ 헤ਠਾਂ ਦਿੱਤੇ ਚਿੱਤਰ ਵਿੱਚੋਂ ਉਹ ਚਿੱਤਰ ਚੁਣੋ ਜਿਸ ਵਿੱਚ ਦਾਣੇदार ਰੇਖਾ ਅਨੁਸਾਰ ਚਿੱਤਰ ਕੀ ਹੋ ਜਾਵੇ ਸામਮਿਤ ਹੋ ਜਾਵੇ ਵਿਚ ਆਫ ਦਾ ਫੋਲੋਇੰਗ ਫਿਗਰ ਇਚ ਸਿਮੈਟ੍ਰਿਕ ਅਬਾਊਟ ਡਾਟਡ ਲਾਈਨ ਕਿਹੜਾ ਹੈ ਜਿਹੜਾ ਡਾਟਡ ਲਾਈਨ ਦੇਖੋ ਆ ਜਿਹੜੀ ਡਾਟਡ ਲਾਈਨ ਹੈ ਉੱਪਰਲਾ ਪੋਰਸ਼ਨ ਹੈ ਜਿਹੜਾ ਨੀਚੇ ਵਾਲੇ ਪੋਰਸ਼ਨ ਦੇ ਇੱਕੋ ਜਾਂ ਨਹੀਂ ਹੈਗਾ ਸੋ ਇਹ ਤੁਹਾਡਾ ਆਨਸਰ ਨਹੀਂ ਹੋ ਸਕਦਾ ਆ ਲਾਈਨ ਜਿਹੜੀ ਨਜ਼ਰ ਆ ਰਹੀ ਡਾਟਡ ਇਧਰਲਾ ਪਾਸਾ ਤੇ ਇਧਰਲਾ ਪਾਸਾ ਦੋਨੋਂ ਕੀ ਨੇ ਸੇਮ ਨੇ ਸੋ ਇਹ ਤੁਹਾਡਾ ਕੀ ਹੈ ਆਨਸਰ ਏ ਦੇ ਵਿੱਚ ਦੋ ਡਾਟਡ ਲਾਈਨ ਐਵੇਂ ਤੇ ਐਵੇਂ ਨੇ ਚਾਹੇ ਆ ਲਾਈਨ ਦੇਖ ਲੋ ਇਧਰਲਾ ਪਾਸਾ ਤੇ ਆ ਪਾਸਾ ਇੱਕੋ ਜਿਹਾ ਨਹੀਂ ਹੈਗਾ ਐਸੀ ਤਰ੍ਹਾਂ ਇਹਦੇ ਵਿੱਚ ਵੀ ਜਿਹੜੀ ਆ ਲਾਸਟ ਵਾਲੀ ਏ ਨਜ਼ਰ ਆ ਰਹੀ ਹੈ ਇਹਦੇ ਵਿੱਚ ਵੀ ਦੋ ਬਣਾ ਰੱਖੀ ਇਹਨਾਂ ਨੇ ਦੋ ਨਹੀਂ ਹੁੰਦੀ ਏ ਚ ਇੱਕੋ ਹੀ ਹੁੰਦੀ ਹੈ ਤਦ ਉਹ ਦਾ ਆਨਸਰ ਕੀ ਆ ਗਿਆ ਓਨਲੀ ਬੀ ਇੱਕ ਬਿਕੰਪੂਜੀ ਸਕੈਲਨ ਟ੍ਰਾਇੰਗਲ ਹੈ ਆਪਣੇ ਕੋਲ ਉਹਦੀਆਂ ਕਹਿੰਦੇ ਕਿੰਨੀਆਂ ਸਮਮਿਤੀ ਰਖਾਵਾਂ ਲੋ ਜੀ ਬਿਕੰਪੂਜੀ ਬਣਾਤੀ ਹੈ ਆ ਬੇਟਾ ਬਿਕੰਪੂਜੀ ਹੈ ਇਹਦੇ ਕਿੰਨੀਆਂ ਸਮਮਿਤੀ ਰਖਾਵਾਂ ਨੇ ਜੇ ਇਸ ਲੋਟ ਲਵਾਂਗੇ ਨਹੀਂ ਬਣਦੀ ਸਮਮਿਤੀ ਨਹੀਂ ਹੈਗੀ ਸਮਮਿਤੀ ਨਹੀਂ ਤਾਂ ਜਿਵੇਂ ਮਰਜ਼ੀ ਲੈ ਲਓ ਇਹਦੀ ਕੋਈ ਸਮਮਿਤਿ ਰੇਖਾ ਨਹੀਂ ਹੁੰਦੀ ਤਾਂ ਆਨਸਰ ਆ ਗਿਆ 0 ਇੱਕ ਵਾਰੀ ਸਮਝ ਲਿਆ ਬਈ ਦੁਬਾਰਾ ਪਹਿਲੇ ਦਾ ਆਨਸਰ ਸੀ A A B ਤੇ ਲਾਸਟ ਦਾ ਕੀ ਸੀ 0 ਸੋ ਬੜੇ ਧਿਆਨ ਨਾਲ ਤੁਸੀਂ ਨੇ ਸਮਝਿਆ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਚੈਨਲ ਸਬਸਕ੍ਰਾਈਬ ਕਰਾ ਦਿਓ ਤਾਂ ਜੋ ਆਉਣ ਵਾਲੇ ਵੀਡੀਓ ਤੁਹਾਨੂੰ ਮਿਲਦੇ ਰਹਿਣ ਥੈਂਕ ਯੂ ਬਈ